ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ-ਵਿਆਨੀ ਲੰਘੇ ਕੱਲ ਪੰਜਾਬ ਦੇ ਵਿੱਚ 38 ਡਿਗਰੀ ਤੱਕ ਤਾਪਮਾਨ ਰਿਹਾ ਪਰਸੋਂ 39 ਡਿਗਰੀ ਤੱਕ ਤਾਪਮਾਨ ਪਹੁੰਚ ਗਿਆ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਅੰਦਰ ਕਈ ਥਾਵਾਂ ਦੇ ਉੱਤੇ ਕਣੀਆਂ ਪੈ ਸਕਦੀਆਂ ਮੌਸਮ ਖਰਾਬ ਰਹਿ ਸਕਦਾ ਹਨੇਰੀ ਝੱਖੜ ਝੁੱਲੇ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਤੇ ਦਿੱਲੀ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਜੇਕਰ ਕੀਤੀ ਗਈ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਤਾਂ ਇਹਦੇ ਨਾਲ ਪੰਜਾਬ ਦੀ ਉਹ ਕਿਸਾਨੀ ਜਿਹੜੀ ਕਿ ਇਸ ਵਕਤ ਖੇਤਾਂ ਦੇ ਵਿੱਚ ਕਣਕ ਦੀ ਵਾਢੀ ਦੇ ਵਿੱਚ ਰੁੱਝੀ ਹੋਈ ਹੈ ਇਹਦਾ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਣਾ ਪਿਛਲੇ ਦਿਨੀ ਜਿਹੜਾ ਪੰਜਾਬ ਦੇ ਕਈ ਹਿੱਸਿਆਂ ਵਿੱਚ ਝੱਖੜ ਝੁੱਲਾ ਆਇਆ ਉਹਦੇ ਕਰਕੇ ਕਿਸਾਨਾਂ ਜਿਹੜੇ ਉਹਨਾਂ ਨੂੰ ਬੜੀ ਵੱਡੀ ਮਾਰ ਪਈ ਹੈ ਪਰ ਜੇਕਰ ਫੇਰ ਉਹੋ ਜਿਹੇ ਹਾਲਾਤ ਬਣਦੇ ਆ ਉਹੋ ਜਿਹਾ ਮੌਸਮ ਫੇਰ ਬਣਦਾ ਫਿਰ ਆਪਾਂ ਸਮਝ ਸਕਦੇ ਹਾਂ ਕਿ ਕਿਸਾਨ ਦੇ ਮੰਦੇ ਉੱਤੇ ਕੀ ਬੀਤੂਗੀ ਕਿਉਂਕਿ ਕਿਸਾਨ ਦੇ ਕੋਲ ਇੱਕ ਫਸਲ ਹੀ ਹੁੰਦੀ ਹੈ ਹੋਰ ਤਾਂ ਇਸ ਤੋਂ ਬਿਨਾ ਕੋਈ ਆਮਦਨ ਦਾ ਸੋਮਾ ਵੀ ਨਹੀਂ ਹੈ ਸਾਧਨ ਵੀ ਨਹੀਂ ਹੈ ਇਸ ਕਰਕੇ ਗੱਲ ਇਹ ਹੈ ਵੀ ਕੁਦਰਤ ਦੇ ਮੂਰੇ ਅਰਦਾਸ ਹੀ ਕੀਤੀ ਜਾ ਸਕਦੀ ਹੈ ਕਿ ਭਾਈ ਹੁਣ ਮੌਸਮ ਠੀਕ ਰਵੇ ਹੁਣ ਮੀਂਹ ਕਣੀ ਵਾਲਾ ਮੌਸਮ ਨਾ ਬਣੇ ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਵੱਲੋਂ ਕਿਸਾਨ ਭਰਾਵਾਂ ਨੂੰ ਕੰਡਿਆਂ ਦੇ ਉੱਤੋਂ ਕਢੀਸਣ ਵਾਲੀ ਆ ਉਹਦਾ ਕਾਰਨ ਇਹ ਆ ਜਦੋਂ ਵੀ ਕੇਂਦਰ ਦੇ ਕਿਸੇ ਮੰਤਰੀ ਨੂੰ ਪੱਤਰਕਾਰ ਸਵਾਲ ਕਰਦੇ ਆ ਇਹ ਦੱਸੋ ਕਿ ਕਿਸਾਨੀ ਮਸਲਾ ਕਦੋਂ ਹੱਲ ਹੋਊਗਾ ਉਹ ਇੱਕੋ ਗੱਲ ਕਹਿ ਕੇ ਪੱਲਾ ਝਾੜ ਜਾਂਦੇ ਆ ਕਿ ਸਾਡੀ ਸਰਕਾਰ ਤਾਂ ਗੱਲਬਾਤ ਕਰਨ ਲਈ ਰਾਜ਼ੀ ਆ ਕਿਸਾਨ ਅੱਗੇ ਆਉਣ ਗੱਲਬਾਤ ਹੋ ਜਾਣੀ ਆ ਪਰ ਕਿਸਾਨ ਕਿੱਥੇ ਅੱਗੇ ਆਉਣ ਕਿਸਾਨਾਂ ਨੂੰ ਵਕਤ ਕਿਹਨੇ ਦੇਣਾ ਤਰੀਕ ਕਿਹਨੇ ਬਥਣੀ ਆ ਕਿਹੜੀ ਥਾਂ ਤੇ ਮੀਟਿੰਗ ਕਰਨੀ ਆ ਕਿੰਨੇ ਵਜੇ ਮੀਟਿੰਗ ਕਰਨੀ ਆ ਇਹਦੇ ਬਾਬਤ ਨਾ ਤਾਂ ਕੋਈ ਪੱਤਰਕਾਰ ਸਵਾਲ ਕਰਦਾ ਤੇ ਨਾ ਹੀ ਕੋਈ ਨੇਤਾ ਇਹਦੇ ਬਾਬਤ ਖੁੱਲ ਕੇ ਉਤਰ ਦਿੰਦਾ ਸੋ ਦੁੱਖ ਇਸ ਗੱਲ ਦਾ ਕਿ ਸਵਾ ਚਾਰ ਮਹੀਨੇ ਤੋਂ ਉੱਤੇ ਦਾ ਵਕਤ ਹੋ ਗਿਆ ਹਾਲੇ ਤੱਕ ਕਿਸਾਨਾਂ ਦੀ ਪੀੜ ਕੇਂਦਰ ਦੀ ਸਰਕਾਰ ਨੂੰ ਪੀੜ ਵਰਗੀ ਨਹੀਂ ਜਾਪੀ ਕੇਂਦਰ ਦੇ ਮੰਤਰੀ ਇੱਕੋ ਗੱਲ ਕਹਿੰਦੇ ਆ ਕਿ ਹਮ ਤੋ ਬਾਤ ਚੀਤ ਕੇ ਲਿਏ ਤਿਆਰ ਹਾਂ ਕਿਸਾਨ ہماری ਬਾਤੇ ਮਾਨ ਜਾਏ ਪੁਰਾਣੀ ਸ਼ਰਤੇ ਛੋੜ ਦੇ ਔਰ ਆਓ ਹਮ ਬੈਠ ਕੇ ਗੱਲ ਕਰਤੇ ਹੈ ਹੁਣ ਵੀ ਤੋਮਰ ਹੋਰਾਂ ਨੇ ਇਹੀ ਗੱਲ ਕਹੀ ਹੈ ਕਿ ਕਿਸਾਨ ਆਪਣਾ ਅੰਦੋਲਨ ਖਤਮ ਕਰ ਦੇਣ ਅੰਦੋਲਨ ਖਤਮ ਕਰਕੇ ਗੱਲਬਾਤ ਦੇ ਲਈ ਅੱਗੇ ਆਉਣ ਆਪਾਂ ਗੱਲਬਾਤ ਕਰਨ ਨੂੰ ਤਿਆਰ ਆ ਮਤਲਬ ਇਹ ਹੈ ਕਿ ਮੰਨਣ ਵਾਸਤੇ ਤਿਆਰ ਨਹੀਂ ਹਾਲੇ ਵੀ ਮਨਾਉਣ ਵਾਸਤੇ ਤਿਆਰ ਆ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਗੱਲ ਹੈ ਵੀ ਜੇਕਰ ਕਿਸਾਨਾਂ ਨੇ ਆਪਣਾ ਅੰਦੋਲਨ ਖਤਮ ਕਰਤਾ ਤੇ ਫਿਰ ਅਸੀਂ ਮੀਟਿੰਗ ਕਰੀਏ ਜਾਂ ਨਾ ਕਰੀਏ ਫਿਰ ਤਾਂ ਸਾਡੇ ਹੱਥ ਦੇ ਵਿੱਚ ਬਾਜ਼ੀ ਹੋਊਗੀ ਸੋ ਜਿਹੜੇ ਕੇਂਦਰ ਦੇ ਮੰਤਰੀ ਇਸ ਵਕਤ ਨਹੀਂ ਮੰਨ ਰਹੇ ਜਦੋਂ ਸਾਢੇ 4 ਮਹੀਨੇ ਹੋ ਜਾਣੇ ਕੁਝ ਕਰਿਣਾਂ ਬਾਅਦ ਤੇ ਉਸ ਤੋਂ ਬਾਅ ਬਾਅਦ ਉਹ ਕਹਿੰਦੇ ਜੀ ਕਰਾਂਗੇ ਹਮ ਐਸੇ ਕਰਾਂਗੇ ਹਮ ਵੈਸੇ ਕਰਾਂਗੇ ਜੇ ਕਿਸਾਨ ਆਪਣੇ ਘਰਾਂ ਨੂੰ ਉੱਠ ਕੇ ਆ ਜਾਣੇ ਆ ਫਿਰ ਕਿਹਨੇ ਪੁੱਛਣਾ ਸੋ ਇਸੇ ਕਰਕੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਡਰਾਮੇਬਾਜ਼ੀ ਤੋਮਰ ਸਾਹਿਬ ਨੂੰ ਬੰਦ ਕਰਨੀ ਚਾਹੀਦੀ ਹੈ ਇਹ ਦੱਸਣ ਵੀ ਮੀਟਿੰਗ ਕਦੋਂ ਕਰਨੀ ਆ ਉਧਰੋਂ ਅਨਿਲ ਵਿੱਚ ਹੋਰੀ ਇਹ ਗੱਲ ਕਹੀ ਜਾਂਦੇ ਜੀ ਕਿ ਅਸੀਂ ਤਾਂ ਗੱਲਬਾਤ ਦੇ ਲਈ ਤਿਆਰ ਆ ਉਹ ਕਹਿੰਦੇ ਜੀ ਕਿ ਮੈਂ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖਤੀ ਆ ਤੇ ਉਸ ਚਿੱਠੀ ਦੇ ਵਿੱਚ ਇਹ ਗੱਲ ਕਹੀ ਆ ਜੀ ਕਿ ਕਰੋਨਾ ਬੜਾ ਫੈਲ ਰਿਹਾ ਤੇ ਅਸੀਂ ਬਹੁਤ ਇਸ ਵਕਤ ਸਖਤੀਆਂ ਵਰਤ ਰਹੇ ਆ ਹਰਿਆਣੇ ਵਿੱਚ ਰਾਤ ਦੇ ਵੜੇ ਦਾ ਕਰਫਿਊ ਵੀ ਸ਼ੁਰੂ ਹੋ ਗਿਆ ਤੇ ਕੇਂਦਰੀ ਖੇਤੀਬਾੜੀ ਮੰਤਰੀ ਮਿਲ ਬੈਠ ਕੇ ਗੱਲਬਾਤ ਦੇ ਲਈ ਕੋਈ ਨਾ ਕੋਈ ਹੱਲ ਕੱਢਣ ਤੇ ਫਿਰ ਇਸ ਤੋਂ ਬਾਅਦ ਅੰਦੋਲਨ ਖਤਮ ਕੀਤਾ ਜਾਵੇ ਨਹੀਂ ਤਾਂ ਕਰੋਨਾ ਬਹੁਤ ਫੈਲਾ ਸਕਦੇ ਆ ਇਹ ਜਿਹੜੇ ਕਿਸਾਨ ਆ ਇਸ ਤੋਂ ਪਹਿਲਾਂ ਵੀ ਇੱਕ ਦਿਨ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਗੱਲ ਕਹੀ ਸੀ ਕਿ ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਦੇ ਕਰਕੇ ਪੰਜਾਬ ਦੇ ਵਿੱਚ ਕਰੋਨਾ ਵਧ ਰਿਹਾ ਉਸ ਵਕਤ ਉਹ ਇਸ ਗ ਅਰਥ ਦੇ ਵਿੱਚ ਸਭ ਤੋਂ ਵੱਧ ਕਰੋਨਾ ਦੇ ਕੇਸ ਤਾਂ ਮਹਾਰਾਸ਼ਟਰ ਦੇ ਵਿੱਚ ਹੈ ਤੇ ਕਿਸਾਨ ਤਾਂ ਪੰਜਾਬ ਦੇ ਵਿੱਚ ਉੱਠ ਕੇ ਮਹਾਰਾਸ਼ਟਰ ਚ ਗਏ ਵੀ ਨਹੀਂ ਹੁਣ ਇਹ ਦੱਸੋ ਵੀ ਫਿਰ ਉੱਥੇ ਕਿਵੇਂ ਫੈਲ ਗਿਆ ਪੰਜਾਬ ਨੂੰ ਅਸੀਂ ਦੂਜੇ ਤੀਜੇ ਨੰਬਰ ਦੇ ਉੱਤੇ ਕਹਿ ਸਕਦੇ ਹਾਂ ਪਰ ਸਭ ਤੋਂ ਵੱਧ ਕੇਸ ਇਸ ਵਕਤ ਆ ਜਿਹੜੇ ਉਹ ਜਦੋਂ ਮਹਾਰਾਸ਼ਟਰ ਦੇ ਵਿੱਚ ਹੈ ਤਾਂ ਫਿਰ ਉਹਦੇ ਉੱਤੇ ਕਿਉਂ ਨਹੀਂ ਗੱਲ ਚੱਲ ਰਹੀ ਸੋ ਮਤਲਬ ਇਹ ਹੈ ਵੀ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਆਨੀ ਬਹਾਨੀ ਇਸ ਅੰਦolan ਨੂੰ ਖਤਮ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਕਰੋਨਾ ਦੇ ਨਾਂ ਦੇ ਉੱਤੇ ਇਸ ਅੰਦolan ਨੂੰ ਸਮਾਪਤ ਕਰਾਉਣ ਦੇ ਲਈ ਸ਼ਕਤੀ ਵੀ ਵਰਤੀ ਜਾਵੇ ਪਰ ਟਕੈਤ ਹੋਰਾਂ ਦਾ ਲੰਗੇ ਕੱਲ੍ਹ ਬਿਆਨ ਆਇਆ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਬੇਸ਼ੱਕ ਜੋ ਮਰਜ਼ੀ ਕਹੀ ਜਾਓ ਤੁਸੀਂ ਕਿਸੇ ਵੀ ਤਰ੍ਹਾਂ ਦਾ ਭਾਸ਼ਣ ਦੇ ਦਿੰਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਿਆਨ ਦੇ ਦਿੰਨੇ ਆ ਪਰ ਸਾਡੇ ਉੱਤੇ ਇੰਨਾ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਉਹਨਾਂ ਨੇ ਕਿਹਾ ਜੀ ਕਿ ਭਾਵੇਂ ਕੱਲ ਨੂੰ ਮੀਟਿੰਗ ਰੱਖ ਲਓ ਤੇ ਭਾਵੇਂ ਰੱਖੋ 2 ਮਹੀਨੇ ਠਹਿਰ ਕੇ ਗੱਲਬਾਤ ਜਿੱਥੇ ਖਤਮ ਹੋਈ ਸੀ 11ਵੇਂ ਗੇੜ ਦੀ ਮੀਟਿੰਗ ਦੇ ਵਿੱਚ ਆਪਾਂ ਗੱਲਬਾਤ ਉੱਥੋਂ ਸ਼ੁਰੂ ਕਰਨੀ ਆ ਯਾਨੀ ਕਿ ਤਿੰਨੇ ਖੇਤੀਕਰਨ ਰੱਦ ਹੋ ਜਾਣ ਤੇ ਐਮਐਸਪੀ ਦੀ ਗਰੰਟੀ ਮਿਲ ਜੇ ਲਿਖਤੀ ਤੌਰ ਦੇ ਉੱਤੇ ਤੇ ਫਿਰ ਆਪਣੀ ਗੱਲਬਾਤ ਖਤਮ ਅਸੀਂ ਆਪਣੇ ਘਰਾਂ ਨੂੰ ਤੁਸੀਂ ਆਪਣੇ ਚਾਈ ਚਾਈ ਰਹੋ ਪਰ ਉਹਨਾਂ ਕਰ ਇਹ ਗੱਲ ਕਹਿਣ ਕਿ ਆਪਾਂ ਕੋਈ ਨਹੀਂ ਬੈਠਦੇ ਆ ਆਪਾਂ ਹੱਲ ਕੱਢਦੇ ਆ ਆਪਾਂ ਫਿਰ ਉਹੀ ਪੁਰਾਣੀਆਂ ਗੱਲਾਂ ਕਰੀਏ ਕਾਨੂੰਨ ਤੋਂ ਆਪਕੇ ਲਈ ਅੱਛੇ ਬਹੁਤ ਹੈ ਇਹ ਕਾਨੂੰਨ ਤੋਂ ਆਮਦਨ ਦੁੱਗਣੀ ਕਰਨੇ ਵਾਲੇ ਹੈ ਐਦਾਂ ਮਸਲੇ ਦਾ ਹੱਲ ਨਹੀਂ ਨਿਕਲਣਾ ਤੇ ਕੈਤ ਹੋਰਾਂ ਨੇ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਕਹੀਆਂ ਤੇ ਕਿਸਾਨ ਅੰਦੋਲਨ ਦੇ ਵਿੱਚ ਹੋਰ ਕਿਹੜੀਆਂ ਮਹੱਤਵਪੂਰਨ ਬਾਤਾਂ ਸਾਹਮਣੇ ਆਈਆਂ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਤਕੈਤ ਨੇ ਕਿਹਾ ਕਿ ਸਰਕਾਰ ਜੇਕਰ ਸੰਯੁਕਤ ਕਿਸਾਨ ਮੋਰਚੇ ਨੂੰ ਵਾਰਤਾ ਦਾ ਸੱਦਾ ਭੇਜੇਗੀ ਤਾਂ ਮੋਰਚਾ ਉਹਦੇ ਉੱਤੇ ਵਿਚਾਰ ਜ਼ਰੂਰ ਕਰੇਗਾ ਸਰਕਾਰ ਨਾਲ ਵਾਰਤਾ ਉੱਥੋਂ ਹੀ ਸ਼ੁਰੂ ਹੋਵੇਗੀ ਜਿੱਥੋਂ 22 ਜਨਵਰੀ ਨੂੰ ਰੁਕੀ ਸੀ ਤਿੰਨਾਂ ਖੇਤੀ ਕਰੂਨਾ ਦੀ ਵਾਪਸੀ ਐਮਐਸਪੀ ਦੇ ਲਈ ਕਾਨੂੰਨ ਦੇ ਉੱਤੇ ਗੱਲ ਹੋਵੇਗੀ ਤੇ ਕਿਸਾਨਾਂ ਦੇ ਮੁੱਦੇ ਉਹੀ ਰਹਿਣਗੇ ਇਹ ਗੱਲਾਂ ਤਕੈਤ ਨੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਵੱਲੋਂ ਆਏ ਬਿਆਨ ਦੇ ਜਵਾਬ ਦੇ ਵਿੱਚ ਕਹੀਆਂ ਰਾਕੇਸ਼ ਤਕੈਤ ਸਿੰਘੂ ਬਾਰਡਰ ਦੇ ਉੱਤੇ ਸਰਬਖਾਪ ਪੰਚਾਇਤ ਦੇ ਵਿੱਚ ਹਿੱਸਾ ਲੈਣ ਪਹੁੰਚੇ ਸਨ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਅੰਮੇਦਕਰ ਦੇ ਜਨਮ ਦਿਨ ਤੇ ਕਿਸਾਨਾਂ ਦਾ ਮੋਰਚਾ ਸੰਵਿਧਾਨ ਬਚਾਓ ਦਿਵਸ ਮਨਾਵੇਗਾ ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਅੰਦੋਲਨ ਦੇ ਸਾਰੇ ਮੋਰਚਿਆਂ ਤੇ ਖਾਲਸਾ ਪੰਥ ਸਾਜਨਾ ਦਿਵਸ ਮਨਾਇਆ ਜਾਵੇਗਾ ਤੇ ਜਲਿਆਂਵਾਲਾ ਬਾਗ ਕਾਂਡ ਦੀ ਵਰਸੀ ਤੇ ਸ਼ਹੀਦਾਂ ਨੂੰ ਚਿੱਤੇ ਕੀਤਾ ਜਾਵੇਗਾ ਖੇਤੀ ਮੰਤਰੀ ਦੇ ਬਿਆਨ ਦੇ ਸਵਾਲ ਦੇ ਵਿੱਚ ਰਕੇਸ਼ ਤਕੈਤ ਨੇ ਕਿਹਾ ਕਿ ਸਰਕਾਰ ਜਿਵੇਂ 22 ਜਨਵਰੀ ਤੋਂ ਪਹਿਲਾਂ ਸਯੁਗਤ ਕਿਸਾਨ ਮੋਰਚੇ ਨੂੰ ਵਾਰਤਾ ਦਾ ਨਿਯੋਤਾ ਭੇਜਦੀ ਸੀ ਉਸੇ ਤਰੀਕੇ ਦੇ ਨਾਲ ਜੇਕਰ ਸੱਦਾ ਮਿਲੇਗਾ ਤਾਂ ਮੋਰਚਾ ਉਹਦੇ ਉੱਤੇ ਵਿਚਾਰ ਜ਼ਰੂਰ ਕਰੇਗਾ ਵਾਰਤਾ ਦੇ ਮੁੱਦਿਆਂ ਦੇ ਸਵਾਲ ਤੇ ਟਕੈਤ ਨੇ ਦੋ ਟੁਕ ਸੁਣਾਈ ਕਿ ਚਰਚਾ ਦੇ ਮੁੱਦੇ ਪਹਿਲਾਂ ਵਾਲੇ ਹੀ ਰਹਿਣਗੇ ਕਰੋਨਾ ਵਾਇਰਸ ਦੇ ਵਧ ਰਏ ਕਿਸਾਨ ਦਰਮਿਆਨ ਸਰਕਾਰ ਦਿੱਲੀ ਦੀਆਂ ਵੱਖ-ਵੱਖ ਹਦਾਂ ਦੇ ਉੱਤੇ ਬੈਠੇ ਕਿਸਾਨਾਂ ਤੋਂ ਵੀ ਫਿਕਰਮੰਦ ਹੈ ਹੁਣ ਸਰਕਾਰ ਸੋਚ ਰਹੀ ਹੈ ਕਿ ਆਖਰ ਕਿਵੇਂ ਇਹ ਮੋਰਚਾ ਚੁੱਕਿਆ ਜਾਵੇ ਅਜਾ ਇਹ ਵਿੱਚ ਕਿਆਸ ਅਰਾਈਆਂ ਹਨ ਕਿ ਸਰਕਾਰ ਤੇ ਕਿਸਾਨਾਂ ਦਰਮਿਆਨ ਸ਼ਾਇਦ ਛੇਤੀ ਹੀ ਗਲਬਾਤ ਹੋ ਜਾਵੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਕੇਂਦਰ ਦਾ ਜਦੋਂ ਕੋਈ ਵੀ ਮੰਤਰੀ ਇਹ ਗੱਲ ਕਹਿੰਦਾ ਕਿ ਕਰੋਨਾ ਬਹੁਤ ਹੋ ਚੁੱਕਿਆ ਕਿਸਾਨਾਂ ਨੂੰ ਆਪੋ ਆਪਣੇ ਘਰੇ ਚਲੇ ਜਾਣਾ ਚਾਹੀਦਾ ਇਸ ਵਕਤ ਅੰਦੋਲਨ ਨੂੰ ਖਤਮ ਕਰ ਦੇਣਾ ਚਾਹੀਦਾ ਇਹਦੇ ਵਿੱਚ ਹੀ ਕਿਸਾਨਾਂ ਦਾ ਤਾਂ ਸਾਡਾ ਸਭ ਦਾ ਭਲਾ ਉਦੋਂ ਮੇਰੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਵੀ ਜਦੋਂ ਕਰੋਨਾ ਮਹਾਮਾਰੀ ਦਾ ਸਿਖਰ ਸੀ ਤੁਸੀਂ ਜੇਕਰ ਉਦੋਂ ਤਿੰਨ ਖੇਤੀ ਕਾਨੂੰਨ ਲੈ ਕੇ ਆ ਸਕਦੇ ਆ ਤਾਂ ਫਿਰ ਕਿਸਾਨ ਇਸ ਕਰੋਨਾ ਮਹਾਮਾਰੀ ਦੇ ਵਿੱਚ ਇਹਨਾਂ ਕਰੋਨਾ ਦੇ ਖਿਲਾਫ ਤਾਂ ਕਿਹੜੀ ਗੱਲੋਂ ਨਹੀਂ ਕਰ ਸਕਦੇ ਸੋ ਜੇਕਰ ਤੁਸੀਂ ਲੈ ਕੇ ਨਾ ਆਉਂਦੇ ਤਾਂ ਅੱਜ ਇਹਨੇ ਵੱਡੇ ਪੱਦਰ ਦੇ ਉੱਤੇ ਖਿਲਾਫ ਤੇ ਇਹਨੇ ਵੱਡੇ ਪੱਦਰ ਦੇ ਉੱਤੇ ਵਿਰੋਧ ਕਰਨ ਦੀ ਜ਼ਰੂਰਤ ਨਾ ਪੈਂਦੀ ਪਰ ਹੁਣ ਤੋਮਰ ਹੋਰੀ ਕਿਹੜੇ ਪਾਸੇ ਨੂੰ ਝੁਕਣਗੇ ਕੀ ਕਰਨਗੇ ਕਿ ਨਹੀਂ ਕਰਨਗੇ ਇਹਦੇ ਬਾਬਤ ਤਾਂ ਬਹੁਤੀ ਭਵਿੱਖਬਾਣੀ ਨਹੀਂ ਕਰ ਸਕਦੇ ਪਰ ਜੋ ਕੁਝ ਇਸ ਵਕਤ ਚੱਲ ਰਿਹਾ ਉਸ ਤੋਂ ਬਾਅਦ ਵੀ ਭਾਜਪਾ ਦੇ ਬਹੁਤ ਸਾਰੇ ਨੇਤਾ ਜਿਨ੍ਹਾਂ ਨੇ ਸਬਕ ਨਹੀਂ ਸਿੱਖਿਆ ਪੰਜਾਬ ਦੇ ਵਿੱਚ ਬੀਜੇਪੀ ਦੇ ਇੱਕ ਵਿਧਾਇਕ ਦੇ ਲੀੜੇ ਪਾਟੇ ਸਾਨੂੰ ਇਸ ਗੱਲ ਦਾ ਦੁੱਖ ਹੋਇਆ ਵੀ ਭਾਈ ਇਦਾਂ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਕੀਤਾ ਪਰ ਇਸ ਦੇ ਬਾਵਜੂਦ ਮਾੜੀ ਬੋਲਬਾਣੀ ਸਿਖਰ ਦੇ ਉੱਤੇ ਆ ਕਿਉਂਕਿ ਉਸ ਦਿਨ ਵੀ ਇਹ ਗੱਲ ਕਹੀ ਸੀ ਜੋਗਿੰਦਰ ਸਿੰਘ ਉਗਰਾਹਾ ਨੇ ਬਲਵੀਰ ਸਿੰਘ ਰਾਜੇਵਾਲ ਨੇ ਰੁਲਦੂ ਸਿੰਘ ਮਾਨਸਾ ਨੇ ਵੀ ਜੋ ਹੋਇਆ ਮਾੜਾ ਹੋਇਆ ਅਸੀਂ ਇਹਦੀ ਖਿਲਾਫਤ ਕਰਦੇ ਆ ਪਰ ਗੱਲ ਇਹ ਆ ਵੀ ਤੋਲ ਕੇ ਬੋਲਣਾ ਚਾਹੀਦਾ ਭਾਜਪੀ ਦੇ ਨੇਤਾਵਾਂ ਨੂੰ ਵੀ ਕਦੇ ਕੋਈ ਗੱਲ ਮੂੰਹ ਚੋਂ ਕੱਢ ਦਿੰਦੇ ਕਦੇ ਕੋਈ ਕੱਢ ਦਿੰਦੇ ਕਦੇ ਕੋਈ ਕੱਢ ਦਿੰਦੇ ਇਹਦੇ ਨਾਲ ਮਾਹੌਲ फडਕਦਾ ਤੇ ਅੱਕੇ ਹੋਏ ਕਿਸਾਨ ਇਸੇ ਕਰਕੇ ਹੀ ਇਹ ਸਾਰਾ ਕੁਝ ਕਰ ਬੈਂਦੇ ਆ ਪਰ ਇਸ ਗੱਲ ਤੋਂ ਸਬਕ ਨਹੀਂ ਸਿੱਖਿਆ ਹਰਜੀਤ ਗਰੇਵਾਲ ਖੁਰਾ ਨੇ ਇੱਕ ਹੋਰ ਨਵੀਂ ਗੱਲ ਕੱਢ ਮਾਰੀ ਆ ਉਹਨਾਂ ਨੇ ਇੱਕ ਟੀਵੀ ਚੈਨਲ ਤੇ ਇੰਟਰਵਿਊ ਦਿੱਤੀ ਆ ਤੇ ਉਹਦੇ ਵਿੱਚ ਕਹਿੰਦੇ ਵੀ ਜਿਹੜੇ ਸਾਨੀ ਇਹ ਤਾਂ ਗੁੰਡੇ ਆ ਇਹਨਾਂ ਗੁੰਡਿਆਂ ਦੇ ਉੱਤੇ ਸਖਤੀ ਵਰਤਣੀ ਚਾਹੀਦੀ ਖੱਟੜ ਦੀ ਸਰਕਾਰ ਨੂੰ ਖੱਟੜ ਦੀ ਸਰਕਾਰ ਨੂੰ ਇਸ ਵਕਤ ਨਰਮੀ ਭੋਰਾ ਨਹੀਂ ਵਰਤਣੀ ਚਾਹੀਦੀ ਉਹਨੂੰ ਬਹੁਤ ਸਖਤ ਹੋ ਜਾਣਾ ਚਾਹੀਦਾ ਉਹ ਕਹਿੰਦੇ ਵੀ ਜਿਹੜੇ ਅਸਲ ਕਿਸਾਨ ਆ ਉਹ ਤਾਂ ਇਸ ਵਕਤ ਬੈਠੇ ਹੋਏ ਆ ਆਪਣੇ ਖੇਤਾਂ ਦੇ ਵਿੱਚ ਉਹ ਤਾਂ ਆਪਦੀ ਖੇਤੀਬਾੜੀ ਦੇ ਕੰਮ ਦੇ ਵਿੱਚ ਝੋਟੇ ਹੋਏ ਆ ਇਹ ਤਾਂ ਗੁੰਡੇ ਤੇ ਵੇਲੜਾ ਜਿਹੜੇ ਕਿ ਇਸ ਵਕਤ ਇਨ੍ਹਾਂ ਥਾਵਾਂ ਦੇ ਉੱਤੇ ਧਰਨਿਆਂ ਦੇ ਵਿੱਚ ਬਾਰਡਰਾਂ ਦੇ ਉੱਤੇ ਬੈਠੇ ਹੋਏ ਆ ਸੋ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਭਾਜਪੀ ਦੇ ਨetaਵਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਆਪਾਂ ਮੂੰਹ ਦੇ ਵਿੱਚੋਂ ਕਿਹੜਾ ਸ਼ਬਦ ਕੱਢਣਾ ਤੇ ਕਿਹੜਾ ਨਹੀਂ ਕੱਢਣਾ ਹਰਜੀਤ ਸਿੰਘ ਗਰੇਵਾਲ ਨੇ ਹਮੇਸ਼ਾ ਕੰ ਆਪਣੇ ਮੂੰਹ ਦੇ ਵਿੱਚੋਂ ਉਹ ਸ਼ਬਦ ਕੱਢੇ ਆ ਜਿਹੜੇ ਚੰਗੇ ਤੋਂ ਉਲਟਾ ਕਿਸਾਨੀ ਨੂੰ ਤਪਾਉਣ ਵਾਲੇ ਆ ਮੈਂ ਕਦੇ-ਕਦੇ ਤੁਲਨਾ ਵੀ ਕਰਨਾ ਹੁੰਨਾ ਵੀ ਜਿਸ ਤਰੀਕੇ ਨਾਲ ਬਾਲੀਵੁੱਡ ਦੇ ਵਿੱਚ ਕੰਗੜਾ ਰਣੋਂਤ ਨੇ ਕਦੇ ਸੋਚ ਕੇ ਨਹੀਂ ਬੋਲਿਆ ਪਿਛਲੇ ਕੁਝ ਸਮੇਂ ਦੇ ਵਿੱਚ ਉਵੇਂ ਪੰਜਾਬ ਦੇ ਵਿੱਚ ਹਰਜੀਤ ਗਰੇਵਾਲ ਨੇ ਵੀ ਕਦੇ ਪੰਜਾਬ ਦੀ ਕਿਸਾਨੀ ਦੇ ਪੱਖ ਦੇ ਵਿੱਚ ਨਹੀਂ ਬੋਲਿਆ ਉਹ ਇਹ ਵੀ ਗੱਲ ਕਹਿੰਦੇ ਹੁੰਦੇ ਆ ਕਿ ਮੈਂ ਤਾਂ ਜੀ ਆਪ ਖੇਤੀਬਾੜੀ ਨਾਲ ਜੁੜਿਆ ਤੇ ਜੇਕਰ ਜਨਾਬ ਜੀ ਆਪ ਖੇਤੀਬਾੜੀ ਨਾਲ ਜੁੜਿਆ ਤੇ ਫਿਰ ਤਾਂ ਕਿਸਾਨਾਂ ਦੀ ਪੀੜ ਦਾ ਵੀ ਪਤਾ ਹੋਣਾ ਸੀ ਮਤਲਬ ਇਹ ਆ ਵੀ ਜਿਹੜੇ ਕੁਝ ਘਟੋਲੀ ਚੱਕਦੇ ਆ ਜਿਹੜੇ ਕਹਿੰਦੇ ਜੀ ਸਾਨੂੰ ਕਾਨੂੰਨ ਬਹੁਤ ਪਸੰਦ ਨੂੰ ਨਾਇਕਾਂ ਵਰਗੇ ਲੱਗਦੇ ਆ ਤੇ ਜਿਹੜੇ ਇਸ ਵਕਤ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬੈਠੇ ਆ ਬਾਰਡਰਾਂ ਦੇ ਉੱਤੇ ਉਹ ਤੁਹਾਨੂੰ ਲੱਗਦੇ ਵੇਲੜ ਉਹ ਤੁਹਾਨੂੰ ਲੱਗਦੇ ਗੁੰਡੇ ਉਹ ਲੱਗਦੇ ਬਦਮਾਸ਼ ਤੇ ਇਹਨਾਂ ਦੇ ਉੱਤੇ ਹੋਣੀ ਚਾਹੀਦੀ ਕਾਰਵਾਈ ਇਹਨਾਂ ਗੱਲਾਂ ਦੇ ਕਰਕੇ ਹੀ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਭਾਜਪੀ ਦੇ ਨੇਤਾਵਾਂ ਦਾ ਵਿਰੋਧ ਹੋ ਰਿਹਾ ਸੋ ਜੇਕਰ ਤੁਸੀਂ ਕਿਸਾਨੀ ਮਸਲਾ ਹੱਲ ਕਰਨ ਦੇ ਵਿੱਚ ਯੋਗਦਾਨ ਨਹੀਂ ਪਾ ਸਕਦੇ ਤੁਹਾਨੂੰ ਇਸ ਤਰੀਕੇ ਦੇ ਨਾਲ ਕਿਸਾਨ ਪਰਪਾਉਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ ਬਾਅਦ ਦੇ ਵਿੱਚ ਕਹਿੰਦੇ ਆ ਅਮਨ ਕਾਨੂੰਨ ਦੀ ਸਥਿਤੀ ਵਿਗੜ ਗਈ ਆ ਅਸੀਂ ਚਾਹੁੰਦੇ ਆ ਕਿ ਉਹ ਬਿਲਕੁਲ ਨਾ ਵਿਗੜੇ ਕੋਈ ਵੀ ਨਾ ਤਪੇ ਪਰ ਇਹ ਉਲਟਾ ਇਹਨਾਂ ਦੇ ਕਰਕੇ ਮਾਹੌਲ ਖਰਾਬ ਹੁੰਦਾ ਇਹਦੇ ਬਾਬਤ ਹਾਈ ਕਮਾਂਡ ਨੂੰ ਵੀ ਨੋਟਿਸ ਲੈਣਾ ਚਾਹੀਦਾ ਪੰਜਾਬ ਦੇ ਉਹਨਾਂ ਨੇਤਾਵਾਂ ਦੇ ਬਾਬਤ ਜ਼ਰੂਰ ਇੱਕ ਜਿਹੜੀ ਆ ਸੂਚੀ ਬਣਨੀ ਚਾਹੀਦੀ ਹੈ ਕਿਹੜੇ ਨੇ ਕਿਹੜੇ ਵੇਲੇ ਕੀ ਬੋਲਿਆ ਜਿਹਦੇ ਕਰਕੇ ਕੇਂਦਰ ਦੀ ਸਰਕਾਰ ਜਾਂ ਸੂਬਾਈ ਸਰਕਾਰ ਦੀ ਕਿਹੜੀ ਮੁਸ਼ਕਲ ਦੇ ਵਿੱਚ ਵਾਧਾ ਹੋਇਆ ਸੋ ਆਸਤਾ ਕਰਨੀ ਬਣਦੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਝਾੜ-ਚੰਬ ਉਹਨਾਂ ਨੇਤਾਵਾਂ ਦੀ ਹੋਊਗੀ ਜਿਹੜੇ ਕਿ ਕਿਸਾਨਾਂ ਬਾਰੇ ਕੁਝ ਵੀ ਹਵਤਵਾ ਬੋਲਦੇ ਆ ਪਰ ਇੰਨਾ ਕੁਝ ਬੋਲਣ ਦੇ ਬਾਵਜੂਦ ਹਾਈ ਕਮਾਂਡ ਦੇ ਵੱਲੋਂ ਕੁਝ ਨਹੀਂ ਕਹਿ ਜਾਂਦਾ ਨਾ ਉਹਨਾਂ ਨੂੰ ਇਹ ਯਾਦ ਪਾਉਂਦਾ ਜੀਏ ਏਕਤਾ ਦੀ ਗੱਲ ਖਤ ਤਰੀ ਦੀ ਗੱਲ ਹੋ ਰਹੀ ਹੈ ਉਹਨਾਂ ਨੂੰ ਭਾਸਦੀ ਆ ਨਾ ਲੋਕਤੰਤਰ ਨੂੰ ਖਤਰਾ ਪੈਦਾ ਹੁੰਦਾ ਪਰ ਜੇਕਰ ਭਾਜਪੀ ਦੇ ਕਿਸੇ ਨੇਤਾ ਦੇ ਬਾਰੇ ਕੁਝ ਕਹਿ ਦਿੱਤਾ ਜਾਵੇ ਫਿਰ ਲੋਕਤੰਤਰ ਨੂੰ ਖਤਰਾ ਵੀ ਹੋ ਜਾਂਦਾ ਇਕਤਾ ਅਖੰਡਤਾ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਆ ਸੋ ਤੋਲ ਕੇ ਬੋਲਣਾ ਚਾਹੀਦਾ ਮਸਲੇ ਦਾ ਹੱਲ ਨਿਕਲਣਾ ਚਾਹੀਦਾ ਪੜਕੇ ਉਹ ਕਿਸਾਨ ਆਉਂਦੇ ਸਮੇਂ ਦੇ ਵਿੱਚ ਕੁਝ ਹੋਰ ਨਾ ਕਰਨ ਇਸ ਕਰਕੇ ਵੇਲਾ ਰਹਿਿੰਦਾ ਇਸ ਗੱਲ ਦੇ ਉੱਤੇ ਅਮਲ ਕਰਨਾ ਚਾਹੀਦਾ ਕਿ ਮਸਲੇ ਨੂੰ ਅਸੀਂ ਹੱਲ ਕਰਨਾ ਨਾ ਕਿ ਮਸਲੇ ਦੇ ਵਿੱਚ ਅਸੀਂ ਹੋਰ ਪੰਗਾ ਖੜਾ ਕਰਨਾ ਭਾਰਤ ਦੇ ਵਿੱਚ ਆਸਥਾ ਦੇ ਬਾਬਤ ਜੇਕਰ ਤੁਸੀਂ ਕੁਝ ਵੀ ਕਹੋਗੇ ਤਾਂ ਫਿਰ ਲੋਕ ਤੁਹਾਡੇ ਲੀੜੇ ਪਾ ਨੂੰ ਆ ਜਾਂਦੇ ਆ ਤੁਸੀਂ ਕਿਸੇ ਇੱਕ ਧਰਮ ਦੇ ਉੱਤੇ ਟਿੱਪਣੀ ਕਰੋ ਨਾਲ ਦੀ ਨਾਲ ਉਹ 3600 ਵਾਰ ਤੁਹਾਡੇ ਉੱਤੇ ਕਰਦੇ ਆ ਕਿ ਫਲਾਣੇ ਧਰਮ ਦੇ ਵਿੱਚ ਇਦਾਂ ਕਿਹੜਾ ਹੈ ਨਿੰਗਾ ਤੁਸੀਂ ਉਸ ਧਰਮ ਦੀ ਗੱਲ ਕਰੋ ਉਹ ਨਾਲ ਦੀ ਨਾਲ ਅਗਲੇ ਦੀ ਉਦਾਹਰਣ ਦੇ ਦਿੰਦੇ ਆ ਉਹਦੇ ਵਿੱਚ ਕਿਹੜਾ ਇਦਾਂ ਹੈ ਨਹੀਂਗਾ ਜਦ ਕਿ ਜੜੀਆਂ ਵੀ ਨੈਤਿਕ ਗਰਾਵਟਾਂ ਉਹ ਕਿਸੇ ਵੀ ਧਰਮ ਦੇ ਵਿੱਚ ਹੋਣ ਜਾਂ ਕਿਸੇ ਵੀ ਮਨੁੱਖ ਦੇ ਵਿੱਚ ਹੋਣ ਕਿਸੇ ਵੀ ਸਮਾਜ 'ਚ ਹੋਣ ਕਿਸੇ ਵੀ ਸੰਸਥਾ ਦੇ ਵਿੱਚ ਹੋਣ ਕਿਸੇ ਵੀ ਘਰ ਦੇ ਵਿੱਚ ਹੋਣ ਉਹ ਫਰਾਖ ਦੇ ਨਾਲ ਮੰਨਣੀਆਂ ਚਾਹੀਦੀਆਂ ਵੀ ਸਾਡੇ ਵਿੱਚ ਆਹ ਕਮੀਆਂ ਪੇਸ਼ੀਆਂ ਹੈਗੀਆਂ ਸਾਨੂੰ ਆ ਸੁਧਾਰਨ ਦੀ ਲੋੜ ਹੈ ਹੁਣ ਜਦੋਂ ਕਰੋਨਾ ਮਹਾਮਾਰੀ ਭਾਰਤ ਦੇ ਵਿੱਚ ਸਿਖਰ ਦੇ ਉੱਤੇ ਕਹੀ ਜਾ ਰਹੀ ਹੈ 1,68,000 ਤੋਂ ਵੱਧ ਕੇਸ 24 ਘੰਟਿਆਂ ਦੇ ਵਿੱਚ ਆ ਜਾਂਦੇ ਆ ਤਾਂ ਸਵਾਲ ਇਹ ਪੈਦਾ ਹੁੰਦਾ ਵੀ ਸਰਕਾਰਾਂ ਨੇ ਹੋਣ ਤੱਕ ਨੀਜੇ ਬਿ ਕਿਹੜੇ ਕਿਹੜੇ ਅਪਣਾਏ ਆ ਆਪ ਮੋਦੀ ਸਾਹਿਬ ਨੇ ਕਿਹੜੀਆਂ ਗੱਲਾਂ ਕੀਤੀਆਂ ਤੇ ਲੋਕਾਂ ਨੂੰ ਕਿਹੜੀਆਂ ਗੱਲਾਂ ਕਰਨ ਵਾਸਤੇ ਕਿਹਾ ਜਦੋਂ ਮੋਦੀ ਸਾਹਿਬ ਆਪ ਰੈਲੀਆਂ ਕਰਦੇ ਆ ਉਦੋਂ ਕਰੋਨਾ ਨਹੀਂ ਹੁੰਦਾ ਤੇ ਜਿੱਥੇ ਜਿੱਥੇ ਚੋਣਾ ਨਹੀਂ ਹੁੰਦੀਆਂ ਉੱਥੇ ਕਰੋਨਾ ਹੁੰਦਾ ਹੀ ਹੁੰਦਾ ਇਸੇ ਕਰਕੇ ਇਹਨਾਂ ਧੋਗਲਗਾਂ ਨੀਤੀਆਂ ਦੇ ਕਰਕੇ ਲੋਕਾਂ ਦੇ ਮਨ ਵਿੱਚ 100 ਕਿਸਮ ਦੇ ਸਵਾਲ ਆਉਂਦੇ ਆ ਜੇ ਅਸੀਂ ਇਹ ਗੱਲ ਕਹਿੰਨੇ ਜੀ ਕਿ ਫਲਾਣੀ ਧਾਰਮਿਕ ਥਾਂ ਦੇ ਵਿੱਚ ਲੋਕ ਕਿਉਂ ਇਕੱਠੇ ਹੁੰਦੇ ਆ ਉਹ ਕਹਿੰਦੇ ਨੇ ਜੀ ਕਿ ਫਲਾਣੀ ਥਾਂ ਦੇ ਉੱਤੇ ਕਿਹੜਾ ਇਕੱਠੇ ਨਹੀਂ ਹੁੰਦੇ ਉਹਨਾਂ ਨੂੰ ਕਹਿੰਨੇ ਤੁਸੀਂ ਕਹਦੋ ਇਕੱਠ ਕਰ ਦਿਓ ਕਹਿੰਦੇ ਫਲਾਣੀ ਭਾਵੇਂ ਕਿਸੇ ਧਾਰਮਿਕ ਥਾਂ ਦੇ ਉੱਤੇ ਆ ਭਾਵੇਂ ਕਿਸੇ ਸਮਾਜਿਕ ਪ੍ਰੋਗਰਾਮ ਦੇ ਵਿੱਚ ਆ ਭਾਵੇਂ ਕਿਸੇ ਰੈਲੀ ਦੇ ਵਿੱਚ ਆ ਭਾਵੇਂ ਕਿਸੇ ਬਾਜ਼ਾਰ ਦੇ ਵਿੱਚ ਆ ਤੇ ਭਾਵੇਂ ਕਿਸੇ ਬੱਸ ਅੱਡੇ ਜਾਂ ਰੇਲਵੇ ਸਟੇਸ਼ਨ ਦੇ ਉੱਤੇ ਆ ਇਕੱਠ ਤਾਂ ਇਕੱਠ ਆ ਕਰੋਨਾ ਤਾਂ ਕਰੋਨਾ ਹੀ ਆ ਕਰੋਨਾ ਨੇ ਇਹ ਥੋੜੀ ਦੇਖਣਾ ਕਿ ਆ ਤਾਂ ਫਲਾਣੇ ਧਰਮ ਦੀ ਗੱਲ ਚੱਲਦੀ ਆ ਮੈਂ ਤਾਂ ਇੱਥੇ ਹਮਲਾ ਕਰਨਾ ਹੀ ਨਹੀਂ ਸੋ ਜਦੋਂ ਆਪਾਂ ਜਾਣਦੇ ਪਿਛਲੇ ਸਾਲ ਤਬਲੀਗੀ ਸਮਾਜ ਦਾ ਮੁੱਦਾ ਉੱਠਿਆ ਸੀ ਵੀ ਤਬਲੀਗੀ ਸਮਾਜ ਨੇ ਭਾਰਤ ਵਿੱਚ ਕਰੋਨਾ ਫਲਾ ਦਿੱਤਾ ਉਦੋਂ ਗੋਦੀ ਮੀਡੀਆ ਵੀ ਬਸ ਚਾਰੇ ਚੱਕੇ ਪੈ ਗਿਆ ਸੀ ਇਹਨਾਂ ਨੇ ਆ ਕਰ ਦਿੱਤਾ ਇਹ ਤਾਂ ਜੀ ਆ ਕਰ ਗਏ ਇਹ ਤਾਂ ਕਰੋਨਾ ਦੀ ਲਹਿਰ ਲੈ ਕੇ ਆਏ ਆ ਤਬਲੀਗੀ ਸਮਾਜ ਨੇ ਆ ਕਰ ਦਿੱਤਾ ਉਹ ਕਰ ਦਿੱਤਾ ਪਰ ਹੁਣ ਜਦੋਂ ਹਰ ਦਵਾਰ ਦੇ ਵਿੱਚ ਇਸ ਵਕਤ ਸ਼ਾਹੀ ਇਸ਼ਨਾਨ ਚੱਲਦਾ ਜਦੋਂ ਇਸ ਵਕਤ ਕੁੰਬ ਦਾ ਮੇਲਾ ਚੱਲ ਰਿਹਾ ਤਾਂ ਕੋਈ ਗੋਦੀ ਮੀਡੀਆ ਦਾ ਅੰਗ ਨਹੀਂ ਬੋਲਦਾ ਵੀ ਭਾਈ ਇਦਾਂ ਵੀ ਕਰੋਨਾ ਫੈਲਦਾ ਹਾਲਾਂਕਿ ਅਸੀਂ Hindu ਧਰਮ ਦਾ ਵੀ ਸਤਿਕਾਰ ਕਰਦੇ ਆਂ ਮੁਸਲਮਨ ਧਰਮ ਦਾ ਵੀ ਕਰਦੇ ਆਂ ਸਿੱਖ ਧਰਮ ਦਾ ਵੀ ਕਰਦੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਪਰ ਕਰੋਨਾ ਤਾਂ ਕਰੋਨਾ ਹੀ ਆ ਫਿਰ ਕਰੋਨਾ ਕਿਉਂ ਨਹੀਂ ਫੈਲ ਸਕਦਾ ਜੇਕਰ ਇੰਨੇ ਵੱਡੇ ਪੱਦਰ ਦੇ ਉੱਤੇ ਹਰ ਦੁਆਰ ਦੇ ਵਿੱਚ ਇਕੱਠ ਹੋਇਆ ਸਰਕਾਰ ਇਸ ਮਾਮਲੇ ਦੇ ਉੱਤੇ ਬੋਲਦੀ ਕੁਝ ਕਿਉਂ ਨਹੀਂ ਜੇਕਰ ਕੱਲ ਨੂੰ ਇੱਥੇ ਕਰੋਨਾ ਮਹਾਮਾਰੀ ਫੈਲ ਜਾਂਦੀ ਹੈ ਹੋਰ ਵੱਧ ਜਾਂਦੀ ਹੈ ਤਾਂ ਕੀ ਆਪਾਂ ਇਸ ਮੁੱਦੇ ਦੇ ਉੱਤੇ ਗੱਲ ਉਵੇਂ ਕਰਾਂਗੇ ਜਿਵੇਂ ਅਸੀਂ ਤਬਲੀਗੀ ਸਮਾਜ ਦੇ ਬਾਬਤ ਕਰਦੇ ਰਹੇ ਹਾਂ ਜਦੋਂ ਅਸੀਂ ਪਿਛਲੇ ਦਿਨੀ ਇਹ ਗੱਲ ਕਹੀ ਵੀ ਭਾਈ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਇਕੱਠ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇਹ ਗੱਲ ਕਹੀ ਵੀ ਭਾਈ ਹਰ ਦੁਆਰ ਦੇ ਵਿੱਚ ਵੀ ਇਕੱਠ ਹੋ ਰਿਹਾ ਸੋ ਇਸ ਕਰਕੇ ਇੱਕ ਦੂਜੇ ਦੀ ਗੱਲ ਅਸੀਂ ਕਰਦੇ ਜਦੋਂ ਤਾਂ ਫਿਰ ਸਵਾਲ ਤਾਂ ਉੱਡੇ ਦਾ ਉੱਡੇ ਖੜਾ ਹੁੰਦਾ ਪਹਿਲਾ ਇਸ ਰਿਪੋਰਟ ਦਾ ਵਿਰਵਾਹ ਕਿ ਕੁੰਬ ਦੇ ਮੇਲੇ ਦੇ ਵਿੱਚ ਕਿੰਨਾ ਇਕੱਠਾ ਹੈ ਉਥੇ ਕੀ ਕੀ ਚੱਲ ਰਿਹਾ ਤੇ ਬਾਅਦ ਵਿੱਚ ਕਰਾਂਗੇ ਟਪਣੀ ਕੁੰਬ ਦਾ ਦੂਜਾ ਸ਼ਾਹੀ ਇਸ਼ਨਾਨ ਸੋਮਵਾਰ ਨੂੰ ਉੱਤਰਾਖੰਡ ਦੇ ਹਰਦਵਾਰ ਦੇ ਵਿੱਚ ਕੋਰੋਨਾ ਪੀਰੀਅਡ ਦੀ ਦੂਜੀ ਲਹਿਰ ਦੇ ਵਿੱਚ ਘਾਰ ਚੱਲ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 10 ਵਜੇ ਤੱਕ 17 ਲੱਖ 31 ਹਜ਼ਾਰ ਸ਼ਰਧਾਲੂਆਂ ਨੇ ਸ਼ਾਹੀ ਇਸ਼ਨਾਨ ਦੇ ਵਿੱਚ ਹਰਦਵਾਰ ਦੇ ਕੁੰਭ ਦੇ ਮੇਲੇ ਦੇ ਖੇਤਰ ਦੇ ਵਿੱਚ ਇਸ਼ਨਾਨ ਕੀਤਾ ਹੁਣ ਸਵਾਲ ਇਹ ਉੱਠ ਰਿਹਾ ਕਿ ਕੀ ਕਰੋਨਾ ਵਾਇਰਸ ਦੇ ਕੇਸ ਬਹੁਤੇ ਸ਼ਰਧਾਲੂਆਂ ਦੇ ਇਸ਼ਨਾਨ ਕਰਕੇ ਨਹੀਂ ਵਧਣਗੇ ਦੱਸਣਾ ਬਣਦਾ ਹੈ ਕਿ ਐਤਵਾਰ ਨੂੰ ਉੱਤਰਾਖੰਡ ਦੇ ਵਿੱਚ ਕਰੋਨਾ ਦੇ ਕੇਸਾਂ ਵਿੱਚ ਭਾਰੀ ਵਾਧਾ ਹੋਇਆ 4 ਅਕਤੂਬਰ 2020 ਤੋਂ ਬਾਅਦ ਸੂਬੇ ਦੇ ਵਿੱਚ ਇੱਕ ਦਿਨ ਦੇ ਵਿੱਚ 1333 ਨਵੇਂ ਕੇਸ ਸਾਹਮਣੇ ਆਏ ਨੇ ਤੇ 8 ਲੋਕਾਂ ਦੀ ਮੌਤ ਦੀ ਖਬਰ ਮਿਲੀ ਹੈ ਇਤਵਾਰ ਨੂੰ ਦੇਹਰਾਦੂਨ ਜ਼ਿਲ੍ਹੇ ਦੇ ਵਿੱਚ 582 ਹਰਦਵਾਰ ਦੇ ਵਿੱਚ 386 ਨੈਣੀਤਾਲ ਦੇ ਵਿੱਚ 122 ਪੌੜੀ ਦੇ ਵਿੱਚ 49 ਬਾਗੋਸ਼ਵਰ ਦੇ ਵਿੱਚ 8 ਚਮੋਲੀ ਦੇ ਵਿੱਚ 9 ਤੇ ਹੋਰ ਵੀ ਵੱਖ-ਵੱਖ ਥਾਵਾਂ ਦੇ ਉੱਤੇ ਕਈ ਕੇਸ ਆਏ ਨੇ ਉੱਤਰਾਖੰਡ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 1,08,812 ਤੱਕ ਪਹੁੰਚ ਗਈ ਹੈ ਤੇ 97,000 ਮਰੀਜ਼ਾਂ ਦਾ ਇਲਾਜ ਕੀਤਾ ਗਿਆ 7323 ਮਰੀਜ਼ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਨੇ ਜੋ ਕੁਆਰੰਟਾਈਨ ਨੇ ਇਹਦੇ ਨਾਲ ਹੀ ਹਰਦਵਾਰ ਮਹਾਕੁੱਬ ਦੇ ਵਿੱਚ ਇਸ਼ਨਾਨ ਕਰਕੇ ਰਾਹ ਨੂੰ ਯੂਪੀ ਦੀ ਫਲੋੜਾ ਸਰਹੱਦ ਤੋਂ ਮੋੜ ਕਤਾ ਗਿਆ ਯੂਪੀ ਉਤਰਾਖੰਡ ਪੁਲਿਸ ਫੋਰਸ ਸਰਹੱਦ ਦੇ ਉੱਤੇ ਮੌਜੂਦ ਹੈ ਹਰਦਵਾਰ ਜਾਣ ਵਾਲੀਆਂ ਗੱਡੀਆਂ ਫਲੋੜਾ ਤੋਂ ਖਾਨਪੁਰ ਲਖਸੌਰ ਵਿਖੇ ਭੇਜੀਆਂ ਜਾ ਰਹੀਆਂ ਨੇ ਕੋਵਿਡ ਦੀ ਜਾਂਚ ਲਖਸੌਰ ਤੇ ਖਾਨਪੁਰ ਦੇ ਵਿੱਚ ਕੀਤੀ ਜਾ ਰਹੀ ਹੈ ਫਲੋੜਾ ਬਾਰਡਰ ਦੇ ਉੱਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਦੱਸਣਾ ਬਣਦਾ ਕਿ 12 ਤੇ 14 ਤਰੀਕ ਨੂੰ ਮੁੱਖ ਸ਼ਾਹੀ ਇਸ਼ਨਾਨ ਹੈ ਦੇ ਪੁਲਿਸ ਪ੍ਰਸ਼ਾਸਨ ਨੇ ਸਾਰਗੰ ਤਿਆਰੀਆਂ ਮੁਕੰਮਲ ਕੀਤੀਆਂ ਨੇ ਡੀਜੀਪੀ ਅਸ਼ੋਕ ਕੁਮਾਰ ਨੇ ਹਰਦਵਾਰ ਪਹੁੰਚੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਮਾਸਕ ਦੀ ਵਰਤੋਂ ਕਰਨ ਤੇ ਸਰੀਰਕ ਦੂਰੀ ਬਣਾਈ ਰੱਖਣ ਉੱਤਰਾਖੰਡ ਪੁਲਿਸ ਸ਼ਰਧਾਲੂਆਂ ਦੇ ਲਗਾਤਾਰ ਪ੍ਰਬੰਧ ਕਰ ਰਹੀ ਹੈ ਅਜਾਈ ਸਥਿਤੀ ਵਿੱਚ ਸ਼ਰਧਾਲੂ ਹਰਦਵਾਰ ਆਏ ਤੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਤੇ ਇਸ਼ਨਾਨ ਦੇ ਵਿੱਚ ਸ਼ਾਮਲ ਹੋਏ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਕਿਸੇ ਵੀ ਧਰਮ ਦੇ ਪ੍ਰਤੀ ਊਲਾਰਵਾਦੀ ਨਹੀਂ ਹੋਣਾ ਚਾਹੀਦਾ ਨਿਰਪੱਖ ਰਹਿਣਾ ਚਾਹੀਦਾ ਸਾਰੇ ਧਰਮ ਸਾਨੂੰ ਇੱਕੇ ਦੀ ਗੱਲ ਦੱਸਦੇ ਆ ਤੇ ਸੱਚ ਬੋਲਣ ਦੀ ਗੱਲ ਸਿਖਾਉਂਦੇ ਆ ਪਰ ਸਾਨੂੰ ਅੱਜ ਕੱਲ ਸੱਚ ਵੀ ਉਹ ਪਸੰਦ ਆ ਉਹ ਬੰਦਾ ਚੰਗਾ ਲੱਗਦਾ ਜਿਹੜਾ ਸਾਡੀ ਪਸੰਦ ਦੇ ਮੁਤਾਬਕ ਸਾਡੀ ਇੱਛਾ ਦੇ ਮੁਤਾਬਕ ਸੱਚ ਬੋਲਦਾ ਤੇ ਜਿਹੜਾ ਨਿਰਪੱਖ ਸੱਚ ਬੋਲੂਗਾ ਉਹਨੂੰ ਅਸੀਂ ਕਹ ਦਿੰਨੇ ਤਾਂ ਵਿੱਕ ਗਿਆ ਹੈ ਇਹ ਤਾਂ ਫਲਾਣੇ ਧਰਮ ਦੇ ਉੱਤੇ ਵਾਰ ਕਰਨ ਵਾਲਾ ਹੈ ਇਹ ਤਾਂ ਜੀ ਧਾਰਮਿਕ ਮਸਲਿਆਂ ਦੇ ਵਿੱਚ ਬਖੀੜੇ ਖੜੇ ਕਰਨ ਵਾਲਾ ਹੈ ਇਹ ਤਾਂ ਲੋਕਾਂ ਨੂੰ ਲੜਾਉਣ ਵਾਲਾ ਹੈ ਇਹ ਸਾਡੀਆਂ ਆਪੇ ਘੜੀਆਂ ਗੱਲਾਂ ਜਿਹੜੀਆਂ ਉਹ ਬਾਅਦ ਦੇ ਵਿੱਚ ਬੜੇ ਪਵਾੜੇ ਖੜੇ ਕਰਦੀਆਂ ਸੋ ਗੱਲ ਤਾਂ ਇਹ ਹੈ ਵੀ ਕੁੰਬ ਦੇ ਮੇਲੇ ਨੂੰ ਜੇਕਰ ਤੁਸੀਂ ਇਸ ਵਕਤ ਕਰਵਾ ਹੀ ਰਹੇ ਆਂ ਕੁੰਬ ਦੇ ਮੇਲੇ ਦੇ ਵਿੱਚ ਸੰਗਤ ਜਾ ਰਹੀ ਹੈ ਸ਼ਰਧਾਲੂ ਜਾ ਰਹੇ ਆ ਤਾਂ ਕਿ ਉੱਥੇ ਕਰੋਨਾ ਨਹੀਂ ਫੈਲ ਸਕਦਾ ਕੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਇਸ ਗੱਲ ਤੇ ਫਿਕਰਮੰਦ ਹੈ ਕੀ ਭਾਰਤ ਦੇ ਜਿਹੜੇ ਕੇਂਦਰੀ ਸਿਹਤ ਮੰਤਰੀ ਆ ਉਹ ਇਸ ਗੱਲ ਦੇ ਉੱਤੇ ਫਿਕਰਮੰਦ ਹੈ ਜੇਕਰ ਉਹਨਾਂ ਨੂੰ ਇਹ ਲੱਗ ਸਕਦਾ ਵੀ ਤਬਲੀਗੀ ਸਮਾਜ ਦੇ ਕਰਕੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਤਾਂ ਕੀ ਕੁੰਬ ਦੇ ਮੇਲੇ ਦੇ ਕਰਕੇ ਨੁਕਸਾਨ ਨਹੀਂ ਹੋ ਸਕਦਾ ਸਵਾਲਾਂ ਦਾ ਸਵਾਲ ਇਹ ਆ ਉਸ ਤੋਂ ਅਗਲੀ ਵੱਡੀ ਗੱਲ ਇਹ ਆ ਵੀ ਪ੍ਰਧਾਨ ਮੰਤਰੀ ਸਾਹਿਬ ਪੱਛਮੀ ਬੰਗਾਲ ਦੇ ਵਿੱਚ ਜਿੱਥੇ ਵੀ ਰੈਲੀ ਕਰਨ ਜਾਂਦੇ ਆ ਉਹ ਕਹਿੰਦੇ ਜੀ ਕਿ ਹਮਨੇ ਪਿਛਲੇ ਵਰਸ਼ ਐਸੇ ਕੀਤਾ ਕਰੋਨਾ ਮਹਾਮਾਰੀ ਕੋ ਲੈ ਕੇ ਹਮਨੇ ਇਹ ਪ੍ਰਬੰਧ ਕੀਏ ਹਮਨੇ ਇਤਨੇ ਲੋਕਾਂ ਕੋ ਰਾਸ਼ਨ ਦੀਆ ਇਹ ਕਰ ਦੀਆ ਉਹ ਕਰ ਦੀਆ ਉਹ ਇਹ ਗੱਲ ਨਹੀਂ ਕਹਿੰਦੇ ਕਿ ਵਰਤਮਾਨ ਸਮੇਂ ਦੇ ਵਿੱਚ ਜਿਹੜੀ ਦੂਜੀ ਲਹਿਰ ਚੱਲ ਰਹੀ ਆ ਹੁਣ ਅਸੀਂ ਕੀ ਪ੍ਰਬੰਧ ਕਰ ਰਹੇ ਆ ਕਿਉਂਕਿ ਜੇਕਰ ਉਹ ਹੁਣ ਦੀ ਗੱਲ ਕਰਨਗੇ ਤਾਂ ਫਿਰ ਤਾਂ ਮੂਰੇ ਲੱਖਾਂ ਦੀ ਗਿਣਤੀ ਜਿਹੜੇ ਲੋਕ ਬੈਠੇ ਆ ਉਹ ਵੀ ਗਲਤ ਆ ਫਿਰ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ 마ਸਕ ਨਹੀਂ ਪਾਇਆ ਇਹ ਵੀ ਗਲਤ ਆ ਇਸ ਕਰਕੇ ਉਹ ਅਤੀਤ ਦੀ ਗੱਲ ਕਰਦੇ ਆ ਵਰਤਮਾਨ ਦੀ ਗੱਲ ਉਹ ਨਹੀਂ ਕਰਦੇ ਵਰਤਮਾਨ ਦੀ ਗੱਲ ਸ਼ਾਇਦ ਉਹ 6 ਮਹੀਨੇ ਬਾਅਦ ਸਾਲ ਬਾਅਦ ਕਿਸੇ ਹੋਰ ਥਾਂ ਤੇ ਜਾ ਕੇ ਕਰਨਗੇ ਕਿ ਅਸੀਂ ਨੇ ਦੂਸਰੀ ਲਹਿਰ ਦੇ ਵਕਤ ਇਹ ਕੀਤਾ ਅਸੀਂ ਨੇ ਉਹ ਕੀਤਾ ਸੋ ਚਾਹੀਦਾ ਇਹ ਹੈ ਕਿ ਕੋਰੋਨਾ ਦੇ ਨਾਂ ਦੇ ਉੱਤੇ ਡਰਾਮੇਬਾਦੀ ਨਾ ਕੀਤੀ ਜਾਵੇ ਕੋਰੋਨਾ ਦੀ ਸਮੱਸਿਆ ਨੂੰ ਸਮਝਿਆ ਜਾਵੇ ਲੋਕਾਂ ਦੀ ਜ਼ਿੰਦਗੀ ਦੀ ਕਦਰ ਕੀਤੀ ਜਾਵੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਇਹਦੇ ਵਾਸਤੇ ਲੋਕ ਵੀ ਜ਼ਿੰਮੇਵਾਰ ਆ ਤੇ ਸਰਕਾਰਾਂ ਵੀ ਜ਼ਿੰਮੇਵਾਰ ਆ ਪਰ ਸਰਕਾਰਾਂ ਲੋਕਾਂ ਦੇ ਉੱਤੇ ਤੇ ਲੋਕ ਸਰਕਾਰਾਂ ਦੇ ਉੱਤੇ ਗੱਲਬਾਤ ਛੱਟ ਦਿੰਦੇ ਆ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਲੇ ਕਾਫੀ ਸਮਾਂ ਪਿਆ ਫਰ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਚੌਥੇ ਪੰਜਵੇਂ ਫਰੰਟ ਦੀਆਂ ਗੱਲਾਂ ਚੱਲਣੇ ਲੱਗ ਪਈਆਂ ਨਵੀਂ ਗੱਲ ਨਹੀਂ ਆਈ ਉਹਦਾ ਕਾਰਨ ਇਹ ਹੈ ਵੀ ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਸੀ ਉਦੋਂ ਵੀ ਫਰੰਟ ਬਣਿਆ ਪਿੜ ਪੱਲੇ ਭਾਵੇਂ ਕੱਖ ਨਹੀਂ ਪਿਆ ਇੱਕ ਵੇਲੇ ਮਨਪ੍ਰੀਤ ਬਾਦਲ ਨੇ ਵੀ ਫਰੰਟ ਖੜਾ ਕਰਨ ਦੀ ਗੱਲ ਕਹੀ ਪਿੜ ਪੱਲੇ ਕੱਖ ਨਹੀਂ ਪਿਆ ਇਹ ਵੱਖਰੀ ਗੱਲ ਹੈ ਕਿ ਉਹ ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਵਿੱਤ ਮੰਤਰੀ ਸੀ ਕਾਂਗਰਸ ਦੇ ਰਾਜ ਦੇ ਵਿੱਚ ਵੀ ਵਿੱਤ ਮੰਤਰੀ ਹੈ ਉਹ ਵਿੱਤ ਮੰਤਰੀ ਹੀ ਹੈ ਬਸ ਪਾਰਟੀ ਦਾ ਨਾਂ ਬਦਲਿਆ ਪੰਜਾਬ ਦੇ ਹਾਲਾਤ ਵੀ ਉਹੀ ਆ ਵੋਟਾ ਪਾਉਣ ਵਾਲੇ ਲੋਕ ਵੀ ਉਹੀ ਆ ਪਰ ਸਥਿਤੀਆਂ ਵੀ ਉਹੋ ਜਿਹੀ ਆ ਪਰ ਪਾਰਟੀ ਸਿਰਫ ਬਦਲੀ ਆ ਪਰ ਹੁਣ ਫੇਰ ਚੌਥੇ ਫਰੰਟ ਦੀਆਂ ਗੱਲਾਂ ਚੱਲ ਪਈਆਂ ਪਿਛਲੇ ਦਿਨੀ ਜਦੋਂ ਹਰਪਾਲ ਸਿੰਘ ਚੀਮਾ ਨੇ ਅੜੀ ਜੀ ਦਿਖਾਈ ਕਿ ਭਾਈ ਅਸੀਂ ਨਹੀਂ ਕਿਸੇ ਨਾਲ ਗੱਠ ਜੋੜ ਕਰਨਾ ਕਿਸੇ ਪਾਰਟੀ ਦੇ ਨਾਲ ਇਹ ਮੈਨੂੰ ਨਿੱਜੀ ਤੌਰ ਤੇ ਜਾਪਿਆ ਵੀ ਆਪਾਂ ਨੂੰ ਇਹ ਗੱਲ ਕਿਤੇ ਲੈ ਨਾ ਬੈਠੇ 17 ਦੇ ਵਿੱਚ ਵੀ ਸਾਨੂੰ ਇਹ ਅੜੀਆਂ ਲੈ ਬੈਠੀਆਂ ਉਦੋਂ ਵੀ ਅਸੀਂ ਬਹੁਤ ਸਾਰੇ ਲੋਕਾਂ ਦਾ ਰਾਹ ਰੋਕਿਆ ਵੱਖ-ਵੱਖ ਨੇਤਾਵਾਂ ਨੇ ਉਦੋਂ ਚੀਮਾ ਹੋਰਾਂ ਨੇ ਨਹੀਂ ਉਹਨਾਂ ਲੋਕਾਂ ਨੇ ਰਾ ਰੋਕਿਆ ਜਿਨ੍ਹਾਂ ਨੂੰ ਇਹ ਜਾਪਦਾ ਸੀ ਕਿ ਮੈਂ ਹੀ ਮੁੱਖ ਮੰਤਰੀ ਹਾਂ ਇਸ ਕਰਕੇ ਉਦੋਂ ਚੰਗੇ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਵੜ ਨਹੀਂ ਦਿੱਤੇ ਜਿਹਦੇ ਕਰਕੇ 117 ਦੇ ਵਿੱਚੋਂ 100 ਸੀਟ ਜਿੱਤੀ ਜਿੱਤੇ ਦੇ ਆਪਾਂ ਕਿੱਥੇ ਆ ਖੜੇ ਆਪਾਂ ਨੂੰ ਪਤਾ ਹੀ ਆ ਪਰ ਹੁਣ ਜਿਸ ਤਰੀਕੇ ਨਾਲ ਚੀਮਾ ਸਾਹਿਬ ਕਹਿੰਦੇ ਆ ਕਿ ਅਸੀਂ ਨਹੀਂ ਭਾਵੇਂ ਢੀਂਡ ਸਾਡਾ ਗਰੁੱਪ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿਸੇ ਨਾਲ ਗੱਠ ਜੋੜ ਨਹੀਂ ਕਰੂਗੀ ਪਰ ਲੋੜ ਇਸ ਵਕਤ ਗੱਠ ਜੋੜ ਦੀ ਪੈਣੀ ਆ ਕੱਲੀ ਆਮ ਆਦਮੀ ਪਾਰਟੀ ਸ਼ਾਇਦ ਇੱਛਾ ਦੇ ਮਤਾਬਕ ਪ੍ਰਦਰਸ਼ਨ ਨਾ ਕਰ ਸਕੇ ਇੱਛਾ ਰੱਖਣੀ ਤੇ ਇੱਛਾ ਦਾ ਪ੍ਰਗਟਾਵਾ ਕਰਨਾ ਤੇ ਉਸ ਇੱਛਾ ਦੇ ਮੁਤਾਬਕ ਰਿਸਪੌਂਸ ਮਿਲਣਾ ਇਹ ਤਿੰਨ ਵੱਖ-ਵੱਖ ਗੱਲਾਂ ਹੁਣ ਪਤਾ ਲੱਗਾ ਕਿ ਰਣਜੀਤ ਸਿੰਘ ਬਰਾਂਪੁਰਾ ਦੇ ਤੜੇ ਤੇ ਸੁਖਦੇਵ ਸਿੰਘ ਢੀਂਸਾ ਦੇ ਗਰੁੱਪ ਦੇ ਵਿੱਚ ਗਿੱਟਮਟ ਹੋਈ ਹੈ ਇਹ ਆਉਂਦੇ ਰਹਿਣਾਂ ਦੇ ਵਿੱਚ ਇਕੱਠੇ ਹੋ ਸਕਦੇ ਆ ਲੋੜ ਵੀ ਹੈ ਇਸ ਗੱਲ ਦੀ ਕਿ ਜਿਹੜੀਆਂ ਵੀ ਵੱਖ-ਵੱਖ ਪਾਰਟੀਆਂ ਛੋਟੀਆਂ ਪਾਰਟੀਆਂ ਦਰਮਿਆਨੀਆਂ ਪਾਰਟੀਆਂ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਆ ਕੇ ਪੰਜਾਬ ਦੇ ਲੋਕਾਂ ਨੂੰ ਕੁਝ ਨਵਾਂ ਦਿਖਾਉਣਾ ਚਾਹੀਦਾ ਉਹ ਸੁਪਨਵਾਈ ਨਾ ਹੋਵੇ ਉਹ ਸੱਚੀ ਮੁੱਚੀ ਸਰਕਾਰ ਕਰਨ ਵਾਲਾ ਸੁਪਨਾ ਹੋਵੇ ਕੱਲਾ ਸੁਪਨਾ ਨਾ ਰਹੇ ਜੇ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਬਾਅਦ ਵਿੱਚ ਕਰਾਂਗੇ ਟਿੱਪਣੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਅਕਾਲੀ ਦਲ ਡੈਮੋਕ੍ਰੈਟਿਕ ਦੇ ਏਕੇ ਦਾ ਛੇਤੀ ਹੀ ਰਸਮੀ ਐਲਾਨ ਹੋ ਸਕਦਾ ਹੈ ਦੋਵਾਂ ਧਿਰਾਂ ਵੱਲੋਂ ਬਣਾਈਆਂ ਇਕਤਾ ਕਮੇਟੀਆਂ ਨੇ ਫੈਸਲਾ ਕੀਤਾ ਕਿ ਪੰਜਾਬ ਤੇ ਪੰਥ ਦੇ ਭਲੇ ਵਾਸਤੇ ਇਕਤਾ ਕਰਕੇ ਇੱਕ ਹੋਣਾ ਬਿਹੜ ਜ਼ਰੂਰੀ ਹੈ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾੜੀ ਪਹਿਲੇ ਕਦਮੀ ਦੇ ਉੱਤੇ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਜਥੇਦਾਰ ਉਜਾਗਰ ਸਿੰਘ ਬੰਡਾਲੀ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨਾਲ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਾ ਸਾਹਿਬ ਵੱ ਰਣਜੀਤ ਸਿੰਘ ਤਲਵੰਡੀ ਤੇ ਐਡਵੋਕੇਟ ਜਨਰਲ ਸ਼ੰਦਰਪਾਲ ਸਿੰਘ ਬਰਾੜ ਨੇ ਲੰਮੀ ਮੀਟਿੰਗ ਕੀਤੀ ਤੇ ਫੈਸਲਾ ਕੀਤਾ ਗਿਆ ਕਿ ਇੱਕ ਹੋਣਾ ਹੁਣ ਸਾਡਾ ਬੇਹੱਦ ਜ਼ਰੂਰੀ ਹੈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਸ ਏਕਤਾ ਕਮੇਟੀ ਦੀ ਅਗਲੀ ਮੀਟਿੰਗ 17 April ਨੂੰ ਚੰਡੀਗੜ੍ਹ ਦੇ ਵਿੱਚ ਰਣਜੀਤ ਸਿੰਘ ਤਲਵੰਡੀ ਦੇ ਗ੍ਰਹਿ ਵਿਖੇ ਹੋਵੇਗੀ ਮੀਟਿੰਗ ਦੇ ਵਿੱਚ ਸੰਪੂਰਨ ਏਕਤਾ ਦੇ ਲਈ ਸਮੁੱਚਾ ਖਾਕਾ ਤਿਆਰ ਕੀਤਾ ਜਾਵੇਗਾ ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਹੈ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਜੋ ਕੁਝ ਅਤੀਤ ਦੇ ਵਿੱਚ ਲੰਬੜਦਾਰੀਆਂ ਦੇ ਚੱਕਰ ਦੇ ਵਿੱਚ ਹੋ ਗਿਆ ਉਹ ਹੋ ਗਿਆ ਹੁਣ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਪੰਜਾਬ ਦੇ ਲੋਕ ਇਸ ਵਕਤੇ ਇਹ ਨਹੀਂ ਚਾਹੁੰਦੇ ਕਿ ਤੁਸੀਂ ਮੰਤਰੀਆਂ ਦੇ ਪਿੱਛੇ ਲੜੋ ਮੈਨੂੰ ਆ ਉਹਦਾ ਚਾਹੀਦਾ ਮੈਨੂੰ ਆ ਉਹਦਾ ਚਾਹੀਦਾ ਮੈਂ ਮੁੱਖ ਮੰਤਰੀ ਬਣਨਾ ਮੈਂ ਫਲਾਣਾ ਮੰਤਰੀ ਬਣਨਾ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਕਿ ਹੁਣ ਤੱਕ ਅਸੀਂ ਤੁਹਾਨੂੰ ਜਿਤਾਉਂਦੇ ਰਹੇ ਆ ਭਾਵੇਂ ਕਿਸੇ ਵੀ ਪਾਰਟੀ ਦਾ ਕੋਈ ਨੇਤਾ ਹੋਵੇ ਹੋਰ ਤੁਸੀਂ ਕਦੇ ਨਾ ਕਦੇ ਸਾਨੂੰ ਵੀ ਨੈਤਿਕ ਤੌਰ ਦੇ ਉੱਤੇ ਜਿਤਾਉਣ ਵਾਲੀ ਗੱਲ ਕਰੋ ਤੁਹਾਨੂੰ ਜਿਤਾਉਂਦੇ ਜਿਤਾਉਂਦੇ ਪੰਜਾਬ ਆਪ ਹਾਰ ਚੁੱਕਿਆ ਇਸ ਕਰਕੇ ਇਸ ਪੰਜਾਬ ਨੂੰ ਜਿਤਾਉਣ ਦੀ ਹੁਣ ਕੋਸ਼ਿਸ਼ ਕਰੋ ਪੰਜਾਬ ਦੇ ਵੋਟਰਾਂ ਨੂੰ ਹੁਣ ਜਿਤਾਉਣ ਦੀ ਕੋਸ਼ਿਸ਼ ਕਰੋ ਸੋ ਮੇਰੀ ਨਿੱਜੀ ਤੌਰ ਦੇ ਉੱਤੇ رائے ਆ ਕਿ ਪੰਜਾਬ ਦਾ ਭਾਵੇਂ ਕੋਈ ਵੀ ਨੇਤਾ ਹੋਵੇ ਭਾਵੇਂ ਕਿਸੇ ਵੀ ਪਾਰਟੀ ਦਾ ਇਸ ਵਕਤ ਪੁੱਛਾਂ ਨੂੰ ਛੱਡ ਕੇ ਅਉਧਿਆਨ ਨੂੰ ਛੱਡ ਕੇ ਕਿ ਮੈਂ ਮੁੱਖ ਮੰਤਰੀ ਬਣੂੰਗਾ ਤੇ ਮੈਂ ਫਲਾਣਾ ਮੰਤਰੀ ਬਣੂੰਗਾ ਇਸ ਵਕਤ ਪੰਜਾਬ ਦੇ ਲੋਕਾਂ ਦੇ ਬਾਰੇ ਸੋਚਿਆ ਜਾਵੇ ਬਹੁਤ ਵਾਰ ਇਹ ਜਪਦਾ ਹੁੰਦਾ ਜੀ ਕਿ ਫਰੰਟ ਕਾਮਯਾਬ ਹੋ ਜਾਣੇ ਆ ਪਰ ਉਹ ਆਪਸ ਦੇ ਵਿੱਚ ਪਾਟਕ ਦੇ ਸ਼ਿਕਾਰ ਹੋ ਜਾਂਦੇ ਕਿਉਂਕਿ ਸੁਰਣੀ ਮਿਲਦੀ ਨਹੀਂ ਕਿ ਕੁਰਸੀਆਂ ਦੇ ਖਾਤਰ ਇਸ ਕਰਕੇ ਕੁਰਸੀਆਂ ਦਾ ਮੋ ਛੱਡਣਾ ਪੈਣਾ ਮਸਲੇ ਦਾ ਹੱਲ ਪੰਜਾਬ ਦਾ ਤਾਂ ਨਿਕਲਣਾ ਜੇਕਰ ਅਸੀਂ ਇਸੇ ਤਰੀਕੇ ਦੇ ਨਾਲ ਹੀ ਲੱਗੇ ਰਹਿ ਕਿ ਜੀ ਮੈਂ ਤਾਂ ਐ ਕਰੂੰਗਾ ਮੈਂ ਆ ਕਰੂੰਗਾ ਅਸੀਂ ਇਹਨੂੰ ਨੇੜੇ ਨਹੀਂ ਆਉਂਦੇਣਾ ਅਸੀਂ ਇਹਨੂੰ ਦੂਰ ਰੱਖਣਾ ਅਸੀਂ ਆ ਕਰਾਂਗੇ ਉਹ ਕਰਾਂਗੇ ਇਦਾਂ ਪੰਜਾਬ ਦਾ ਕੁਝ ਨਹੀਂ ਸਵਰਨਾ ਤੇ ਜਿਹੜਾ ਚੌਥਾ ਪੰਜਵਾਂ ਫਰੰਟ ਬਣਾਉਣ ਦੇ ਚਾਹਵਾਂ ਨਾ ਬਣਨਾ ਉਹਨਾਂ ਨੂੰ ਵੀ ਕੁਝ ਨਹੀਂਗਾ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋ ਕੇ ਸਮੂਹਕ ਤੌਰ ਦੇ ਉੱਤੇ ਹਮਲਾ ਮਾਰਨਾ ਚਾਹੀਦਾ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਾ ਦਿਓ ਬਹੁਤ ਬਹੁਤ ਮਿਹਰਬਾਨ